ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਸਪਰੇਟਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗੇਲਾ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ, ਕਿਹਾ ਸਿੱਖਿਆ ਮੰਤਰੀ ਆਤਸ਼ੀ ਨੂੰ ਕੇਜਰੀਵਾਲ ਨਾਲ ਮੁਲਾਕਾਤ ਦੀ ਨਹੀਂ ਦਿੱਤੀ ਗਈ ਇਜਾਜ਼ਤ। ਸੰਜੇ ਸਿੰਘ ਨੇ ਬੀਜੇਪੀ ਉੱਤੇ ਕੀਤੇ ਸ਼ਬਦੀ ਵਾਰ। ਟਿਕਟ ਕੱਟੇ ਜਾਣ ਤੋਂ ਬਾਅਦ ਭਾਵੁਕ ਹੋਏ ਮੁਹੰਮਦ ਸਦੀਕ, ਕਿਹਾ ਟਿਕਟ ਕੱਟੇ ਜਾਣ ਉੱਤੇ ਦੁਖੀ ਹਾਂ ਪਰ ਪਾਰਟੀ ਦਾ ਫੈਸਲਾ ਮਨਜ਼ੂਰ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਮਹਿਲਾ ਇਕਾਈ ਦੀ ਅਗਵਾਈ ਵਿੱਚ ਬੀਜੇਪੀ ਕਾਰਕੁਨਾਂ ਨੇ ਦਿੱਲੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼, ਕਿਹਾ ਮਹਿਲਾਵਾਂ ਦੇ ਮੰਗਲ ਸੂਤਰ ਖੋਹ ਲਵੇਗੀ ਕਾਂਗਰਸ। ਤੇ ਹੁਣ ਖਬਰਾਂ ਵਿਸਤਾਰ ਨਾਲ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਕੈਬਨਿਟ ਮੰਤਰੀ ਆਤਸ਼ੀ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਤਸ਼ੀ ਨੇ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਅਤੇ ਮੁਲਾਕਾਤ ਲਈ ਇਜਾਜ਼ਤ ਮੰਗੀ, ਪਰ ਐਨ ਮੌਕੇ ਉੱਤੇ ਉਨ੍ਹਾਂ ਦੀ ਮੁਲਾਕਾਤ ਰੱਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੰਦੀਪ ਪਾਠਕ ਨੂੰ ਵੀ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਸਾਰੇ ਮਾਮਲੇ ਨੂੰ ਲੈ ਕੇ ਬੀਜੇਪੀ ਉੱਤੇ ਤੰਜ ਕਸੇ ਨੇ। बार बार आप लोगों से बात करनी होती है अरविंद केजरीवाल जी की तिहाड़ जेल में जो स्थिति है उसको लेकर, तो मन में कष्ट भी होता है, पीड़ा भी होती है कि आखिर किस दुश्मनी का बदला प्रधानमंत्री जी केजरीवाल जी से, उनके परिवार से, उनके चाहने वालों से ले रहे हैं। आज दिल्ली के स्वास्थ्य मंत्री सौरभ भारद्वाज जी और दिल्ली की शिक्षा मंत्री आतिशी जी को मुलाकात करनी थी उनसे। आपको जान के हैरानी होगी कि कल आतिशी जी की मुलाकात कंफर्म नहीं की गई, कैंसिल कर दी गई। दिल्ली की शिक्षा मंत्री दिल्ली के मुख्यमंत्री से सारे नियमों का पालन करते हुए सामान्य मुलाकात जैसे ये कराते रहे हैं अब तक, उसके लिए अपना नाम देते हैं, मेल करती हैं, अप्लाई करती हैं, पूरा प्रोसेस फॉलो करती हैं और अंतिम समय में उनकी मुलाकात कैंसिल कर दी जाती है। पार्टी के संगठन के महामंत्री, राज्यसभा के सांसद संदीप पाठक जी को स्वास्थ्य मंत्री सौरभ भारद्वाज जी के साथ मिलने के लिए फिर हम लोगों ने कहा कि भाई अब ये जाएंगे मिलने के लिए। वहां तक जाते हैं और फिर उनको सुबह 9:30 बजे बताया जाता है कि आपकी मुलाकात नहीं कराई जाएगी। आप मुझे बताइए, एक सांसद की मुलाकात आप कैंसिल कर रहे हैं, आप एक शिक्षा मंत्री की मुलाकात कैंसिल कर रहे हैं, आपने मेरी मुलाकात पहले ही कैंसिल कर दी, कल को आप पत्नी से मुलाकात कैंसिल करेंगे, किसी और से मुलाकात कैंसिल करेंगे। ऐसा तो अंग्रेजों के राज में भी नहीं हुआ। बड़े से बड़े तानाशाह भी ऐसा आचरण नहीं करते जो आचरण प्रधानमंत्री नरेंद्र मोदी जी कर रहे हैं।
ਕਾਂਗਰਸ ਪਾਰਟੀ ਨੇ ਫਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ, ਜਿਸ ਨੂੰ ਲੈ ਕੇ ਮੁਹੰਮਦ ਸਦੀਕ ਦਾ ਦਰਦ ਛਲਕਿਆ। ਉਹਨਾਂ ਕਿਹਾ ਕਿ ਟਿਕਟ ਕੱਟੇ ਜਾਣ ਤੇ ਦੁੱਖ ਤਾਂ ਹੁੰਦਾ ਪਰ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ। ਉਹਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕਿਸੇ ਦੀ ਟਿਕਟ ਕੱਟ ਕੇ ਦਿੱਤੀ ਗਈ ਸੀ ਤੇ ਹੁਣ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਦੁੱਖ ਤਾਂ ਹੁੰਦਾ ਹੀ ਹੈ ਟਿਕਟ ਕੱਟੀ ਜਾਣੀ, ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ। ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ, ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ, ਇਹ ਤਾਂ ਲਾਈਫ ਜ਼ਿੰਦਗੀ ਦਾ ਰੂਟੀਨ ਹੈ। ਦੁੱਖ ਇਸ ਗੱਲ ਦਾ ਹੁੰਦਾ ਵੀ 5 ਸਾਲ ਤੁਸੀਂ ਕੰਮ ਕਰਦੇ ਹੋ, ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ, ਪਾਰਟੀ ਨਾਲ ਜੋੜਦੇ ਹੋ, ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਬਾਅਦ 'ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ, ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ, ਅਸੀਂ ਕੀ ਕਰਾਂਗੇ, ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ, ਕਦੋਂ ਸਾਡੇ ਕੰਮ ਹੋਣਗੇ ਹਾਂਜੀ। ਅਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ ਬਾਰ, ਉਹ ਫਿਰ ਮਨ ਨੂੰ ਦੁਖੀ ਕਰਦੇ ਨੇ। ਹੋਰ ਕੋਈ ਗੱਲ ਨਹੀਂ ਹੈ, ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ, ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਹੈ, ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ, ਉਹ ਕੀ ਕਹਿੰਦੀ ਹੈ ਕੀ ਕਰਦੀ ਹੈ। ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਇਹ ਇੱਕ ਮੈਂ ਸਮਝਦਾ ਵੀ ਅਨੁਸ਼ਾਸਨ 'ਤੇ ਚੱਲਣ ਵਾਲੀ ਪਾਰਟੀ ਹੈ। ਅਤੇ ਅਸੀਂ ਲੋਕ ਜਿਹੜੇ ਹਾਂ ਵਰਕਰ, ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ 'ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸਮਝਦੇ। ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ 'ਤੇ ਹੈ। ਸਿਆਣੇ ਕਹਿੰਦੇ ਨੇ ਬਈ ਮਤਲਬ ਸਰੇ ਤਸਲੀਮ ਖਮ ਹੈ ਜੋ ਮਿਜਾਜੇ ਯਾਰ ਮੇ ਆਏ, ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਚੁਕਾ ਕੇ ਮੰਨ ਲਿਆ। ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਦੇ ਚਾਂਦਨੀ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਜਿੱਤ ਦਰਜ ਕਰੇਗੀ। ਇਸ ਮੌਕੇ ਉਹਨਾਂ ਵਿਰੋਧੀ ਪਾਰਟੀਆਂ ਉੱਤੇ ਵੀ ਨਿਸ਼ਾਨੇ ਸਾਧੇ। ਅੱਜ ਅਸੀਂ ਪਟਿਆਲਾ ਸ਼ਹਿਰ ਦੇ ਵਿੱਚ ਸੈਂਟਰ ਆਫ ਦਾ ਸਿਟੀ ਚਾਂਦਨੀ ਚੌਂਕ ਵਿਖੇ ਪਾਰਟੀ ਆਫਿਸ ਖੋਲ੍ਹਿਆ ਹੈ ਅਤੇ ਜਦੋਂ ਡਾਕਟਰ ਬਲਬੀਰ ਜੀ ਆਫਿਸ਼ੀਅਲੀ ਜਿਹੜਾ ਹੈ ਪਾਰਟੀ ਦਾ ਸਿੰਬਲ ਲਿਆਉਣਗੇ, ਨੋਮੀਨੇਸ਼ਨ ਹੋ ਜਾਏਗੀ, ਉਸ ਤੋਂ ਬਾਅਦ ਇਹਨੂੰ ਅਸੀਂ ਇਲੈਕਸ਼ਨ ਆਫਿਸ ਦੇ ਵਿੱਚ ਤਬਦੀਲ ਕਰਾਂਗੇ। ਅੱਜ ਤੁਸੀਂ ਦੇਖਿਆ ਕਿ ਸਾਰੇ ਵਲੰਟੀਅਰ ਸਾਹਿਬਾਨ 32 ਵਾਰਡਾਂ ਦੇ ਵਿੱਚੋਂ ਅਲੱਗ ਅਲੱਗ ਸਾਰੇ ਸ਼ਹਿਰ ਦੇ ਵਿੱਚੋਂ ਆਏ ਨੇ ਅਤੇ ਆਪਣੀ ਜਿਹੜੀ ਸਪੋਰਟ ਹੈ ਉਹ ਇੱਦਾਂ ਦਰਸਾ ਰਹੇ ਨੇ। ਜੋ ਜੋਸ਼, ਜੋ ਜਨੂੰਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉਹ ਵਾਕਈ ਹੀ ਕਦੇ ਪਹਿਲਾਂ ਨਹੀਂ ਦੇਖਿਆ। ਔਰ ਸਾਰੇ ਹੀ ਜਿਹੜੇ ਨੇ ਉਹ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਕਦੋਂ ਜਿਹੜਾ ਹੈਗਾ ਇਹ ਵੋਟਿੰਗ ਹੋਏ ਅਤੇ ਅਸੀਂ ਸਾਡੇ ਲੀਡਰ, ਸਾਡੇ ਲੋਕ ਸਭਾ ਕੈਂਡੀਡੇਟ ਬਲਬੀਰ ਸਿੰਘ ਜੀ ਨੂੰ ਜਿਹੜਾ ਹੈ ਜਿਤਾਈਏ ਇੱਥੋਂ, ਅਤੇ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਦਾ ਜਿਹੜਾ ਸੁਪਨਾ ਹੈ 13 ਜ਼ਿਲ੍ਹੇ ਦਾ ਉਹ ਪੂਰਾ। 20 ਸਾਲਾਂ 'ਚ 20 ਸਾਲ 2 ਦਹਾਕੇ ਇਹ ਕੋਈ ਛੋਟਾ ਟਾਈਮ ਨਹੀਂ ਹੁੰਦਾ। ਇੰਨਾ ਲੰਬਾ ਸਮਾਂ ਲੋਕਾਂ ਨੇ ਇੰਨਾ ਮਾਣ ਬਖਸ਼ਿਆ, ਇੰਨੀ ਉਹਨਾਂ ਨੂੰ ਵਰਸ਼ਿਪ ਕੀਤਾ ਪਟਿਆਲੇ ਸ਼ਹਿਰ ਨੇ ਇਸ ਪਰਿਵਾਰ ਨੂੰ, ਪਟਿਆਲੇ ਸ਼ਹਿਰ ਨੂੰ ਵੀ ਤਾਂ ਫਿਰ ਕੁਛ ਦੇਣਾ ਬਣਦਾ ਸੀ ਨਾ ਜੀ, ਕੋਈ ਪ੍ਰੋਜੈਕਟ, ਕੋਈ ਇੰਡਸਟਰੀ, ਕੋਈ ਘੱਗਰ ਦਾ ਇਸ਼ੂ। ਤੁਹਾਨੂੰ ਪਤਾ ਹੀ ਹੈ ਜੀ ਤੁਸੀਂ ਕਿਹੜਾ ਬਾਹਰੋਂ ਆਏ ਹੋ, ਤੁਹਾਨੂੰ ਪਤਾ ਨਹੀਂ ਹਜ਼ਾਰ ਕਿਉਂ ਦਿਖਦੇ ਹੀ ਆ ਤੁਹਾਨੂੰ। ਭਾਰਤੀ ਜਨਤਾ ਪਾਰਟੀ ਦੀ ਦਿੱਲੀ ਮਹਿਲਾ ਇਕਾਈ ਦੀ ਅਗਵਾਈ ਵਿੱਚ ਬੀਜੇਪੀ ਕਾਰਕੁਨਾਂ ਨੇ ਕਾਂਗਰਸ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਦੌਰਾਨ ਬੀਜੇਪੀ ਦੇ ਆਗੂ ਤਰੁਣ ਚੁੱਗ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਆਰਥਿਕ ਨਿਆਂ ਦੇ ਬਹਾਨੇ ਮਹਿਲਾਵਾਂ ਦੇ ਮੰਗਲ ਸੂਤਰ ਅਤੇ ਗਹਿਣੇ ਤੱਕ ਖੋਹ ਲਵੇਗੀ। ਇਸ ਮੌਕੇ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਮਹਿਲਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਬੈਰੀਕੇਡਿੰਗ ਉੱਤੇ ਮਹਿਲਾਵਾਂ ਦੀ ਪੁਲਿਸ ਨਾਲ ਬਹਿਸ ਅਤੇ ਧੱਕਾਮੁੱਕੀ ਹੋਈ। ਇਸ ਮੌਕੇ ਕਈ ਮਹਿਲਾਵਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਭਾਰਤ ਕੀ ਬੇਟੀਓ ਕੇ ਮੰਗਲ ਸੂਤਰ ਪਰ ਹੱਥ ਡਾਲਾ ਜਾ ਰਹਾ ਹੈ। ਕਾਂਗਰਸ ਪਾਰਟੀ ਕੀ ਸੋਚ,
केवल व केवल जिहादी मानसिकता को, अफजल गुरु की सोच को, कसाब की सोच को भारत पर लागू करना चाहती है। उनका घोषणा पत्र केवल व केवल मुस्लिम लीग का एजेंडा और जॉर्ज सोरस का टूल किट से ज्यादा कुछ नहीं है, टूल किट से ज्यादा कुछ नहीं है। चलो ठीक है, आम नागरिकों की संपत्ति छीनकर मुस्लिमों में बांटने की एक बड़ी योजना है। जिस तरह सरदार मनमोहन सिंह जी ने कहा कि देश की संपदा और सभी योजनाओं पर पहला अधिकार मुस्लिम लीग का है, आज उसी को आगे बढ़ाते हुए कांग्रेस पार्टी पहले घोषणा पत्र में सर्वे की बात करती है, महिलाओं के मंगलसूत्र छीनने की योजना बताती है, भारत की संपत्ति छीनने की योजना बताती है। सैम पित्रोदा जो राहुल गांधी के गुरु भी हैं और कांग्रेस पार्टी के नीति निर्धारित करता है, वो अपने घोषणा पत्र को एक्सप्लेन कर रहे हैं कि किस तरह 55% संपत्ति हम पहली बार ही छीन लेंगे, नीतियों को छीनेंगे, योजनाओं को छीनेंगे। ये दुर्भाग्यपूर्ण है। भारत की बेटियों की अस्मिता को बचाने के लिए, मंगलसूत्र की रक्षा के लिए, देश के नागरिकों की संपत्ति की रक्षा के लिए भारतीय जनता पार्टी सड़कों पर उतरी और महिला मोर्चा का ये प्रदर्शन कि मंगलसूत्र बटने नहीं देंगे, नहीं बटने देंगे। अब कोई हमारे मंगलसूत्र पर हाथ डाले तो भारत की बेटी उसे बर्दाश्त नहीं करेगी। राहुल गांधी इस्तीफा दो, राहुल गांधी माफी मांगो, राहुल गांधी और कांग्रेस सार्वजनिक रूप से माफी भी मांगे। राहुल गांधी जी को ये किसने हक दिया कि वो हमारी संपत्ति का ब्यौरा लेके और उसको बांट के वो मुस्लिम रोहिंग्या में बांट देंगे? ये हमने उनको नहीं कर दिया किसी की। मैं खुद एक बिजनेसमैन हूँ, मैं अपना पैसा कमाती हूँ, तो किसी को क्या हक है कि वो मेरी संपत्ति का ब्यौरा लेगा और मेरी संपत्ति बांट देगा। हरियाणा कांग्रेस के सीनियर नेता कैप्टन अजय यादव ने बीजेपी उत्ते निशाने साधे ने, उन्होंने कहा कि बीजेपी लोगों को गुमराह कर रही है कि वह कांग्रेस की सरकार बनने उत्ते औरतों का मंगलसूत्र खोहण की गल कर रहे हैं, पर सच यह है कि अजिहा कुछ भी नहीं। उन्होंने सवाल किया कि देश में 55 साल तक कांग्रेस की सरकार रही है, किसी ने तुहाडे तो तुहाडा सोना ते मंगलसूत्र खोया? आज जो है सामाजिक न्याय की बात राहुल गांधी जी ने करी है, उनका ये कहना है कि जो प्रधानमंत्री मोदी जी जनता को गुमराह करने की बात कर रहे हैं कि दौलत केवल जो है मुस्लिम्स को दे दी जाएगी, आपके मंगलसूत्र को भी ले लिया जाएगा, तो उनकी बौखलाहट है, उनकी घबराहट है। जो फर्स्ट फेज में जो चुनाव हुआ है, 55 साल से कांग्रेस का राज रहा, किस महिला का मंगलसूत्र लिया? तो अपमान कर रहे हैं महिलाओं का। मंगलसूत्र कब किसका लिया है? अरे यहाँ तो सोनिया गांधी जी के जो पति थे स्वर्गीय राजीव गांधी जी, उन्होंने अपना मंगलसूत्र जो है वो कुर्बान कर दिया देश के लिए। ये किस बात, किसकी बात कर रहे हैं? देश को स्वाधीनता में करने के लिए कितने करोड़ों लोगों ने फांसी को चूमा है, देश को आज़ाद कराया, हरित क्रांति लेके आए, आइसरो सैटेलाइट
और ये जो भी कुछ जो देश में हाईवेज बन रहे हैं ये किसकी देन है? सुई से जहाज तक इस देश में बन रहा है कि सब 2014 के बाद हुआ है क्या? सबसे ज़्यादा अगर गिरवी सोना हुआ है तो 2014-2023 के बीच में बैंकों में जो हमारी महिलाओं ने जो अपना सोना जो है जो दिया है उसका आप सर्वे आप करवा लीजिए, सबसे ज़्यादा सोना किसने दिया है। और प्रधानमंत्री जी जो मनमोहन सिंह जी ने बकायदा SC ST OBC माइनॉरिटी की बात करी है, प्रधानमंत्री एक झूठ बोल रहे हैं। तो मेरा ये कहना है कि जातीय जनगणना राजनीतिक सामाजिक आर्थिक, किसके पास कच्चा मकान है पक्का मकान, किसके पास है साइकिल स्कूटर, शिक्षित है अशिक्षित है, गरीब है अमीर है, वो सर्वे से होगा। और जो इससे अपर कास्ट को लोगों को जो 10% आरक्षण दिया जा रहा है, क्या उनको गरीब, ये कहते हैं मेरे दो वर्ग हैं गरीब और अमीर, वो किससे पता लगेगा? जातीय जनगणना से पता लगेगा। जब तक आप जातीय जनगणना नहीं करेंगे तो गरीब और अमीर वर्ग का पता कैसे लगेगा? आप स्कॉलरशिप किसको देंगे, आप मकान किसको देंगे, आप जो है आर्थिक रूप से फ़ायदा किसको करेंगे, किस किसान को आप फ़ायदा करना चाहेंगे, जो भी कुछ होता है उसका मूल जो आधार है वो जातीय जनगणना। आम आदमी पार्टी के सीनियर आगू अनुराग टांडा ने चंडीगढ़ में प्रेस कॉन्फ्रेंस की, जिस दौरान उन्होंने कहा कि हरियाणा में किसानों वालों BJP का विरोध किया जा रहा है, जिस कारण किसानों की कणक की फसल की खरीद हौली रफ्तार नाल की जा रही है ते किसानों नूं खज्जल खुआर किया जा रहा है। उन्होंने कहा कि साइलो बनाए गए हैं ते कुछ मंडियां बंद कर दी गई ने। जैसा आपको पता है कि भारतीय जनता पार्टी का चरित्र किसान विरोधी है, आज वो तस्वीर देश के सामने है कि अगर भारतीय जनता पार्टी के उम्मीदवार गांव में प्रचार करने के लिए नहीं जा पा रहे पूरे हरियाणा प्रदेश के अंदर, तो भारतीय जनता पार्टी उसका बदला किसानों से ले रही है। पूरे प्रदेश की मंडियां पटी पड़ी हैं, मंडियों के अलावा आसपास की खाली जगह, गांव के स्टेडियम्स, सब जगह पर किसान की फसल पड़ी हुई है। 90% तक आवक हो चुकी है, 90% तक सीज़न की कटाई हो चुकी है, किसान अपनी फसल मंडी में डाल चुका है, लेकिन जो उठान का प्रोसेस है उसको भारतीय जनता पार्टी की सरकार ने, इनकी एजेंसियों ने जानबूझ करके इतना स्लो कर रखा है कि जिसकी वजह से किसान को बहुत ज़्यादा दिक्कतों का सामना पूरे हरियाणा प्रदेश के अंदर करना पड़ रहा है। अब तक लगभग 38 लाख मीट्रिक टन ऐसा गेहूँ है जो पूरे प्रदेश की मंडियों में पड़ा हुआ है, लेकिन इसको उठाने के लिए इंतज़ाम सरकार ने नहीं कराए हैं, जिसकी वजह से बहुत स्लो तरीके से मंडियों से उठान हो रहा है। ऑल इंडिया कांग्रेस कमेटी वालों जारी किए गए कांग्रेस के घोषणा पत्र न्याय पत्र को लेकर अमृतसर में कांग्रेसी आगुओं वालों प्रेस कॉन्फ्रेंस की गई। इस प्रेस कॉन्फ्रेंस में AICC के बुलारे विंग कमांडर अनुमा आचार्य, विजय हंस, नरेंद्रपाल सिंह संधु और लोकसभा उम्मीदवार गुरजीत सिंह औजला ते कई होर कांग्रेसी आगू मौजूद सन। अनुमा आचार्य ने कहा कि जे कांग्रेस सत्ता में आती है तो सरकारी नौकरियां दित्तियां जाणगियां। पहली बात युवा न्याय की, जिसमें सरकार में जो 30 लाख रिक्तियां अभी खाली हैं, कांग्रेस की इंडिया गठबंधन की सरकार आएगी तो सबसे पहले वो 30 लाख पद भरे जाएंगे, जिसके बारे में भर्ती भरोसा का एक कैलेंडर कांग्रेस ने 3 दिन पहले जारी किया है। आप सभी देखिएगा कि जून के महीने में सरकार के बनने के बाद से भर्ती की शुरुआत करके और दिसंबर के आखिरी तक नियुक्ति पत्र तक का एक जॉब कैलेंडर बनाया गया है।
तो हम जो बात कहते हैं वो करके दिखाते हैं और उसका हमने प्रमाण 3 दिन पहले फिर से दिया है। और एक सबसे खास बात कि एक युवा जो सपने देखता है और जब वो अपनी भर्ती परीक्षा के लिए पहुंचता है और वहां जाके उसे पता चलता है कि पेपर लीक हो गया, तो इस पेपर लीक के खिलाफ हम एक कानून बनाएंगे जिसकी बात हमने युवा न्याय में की है। ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੰਗਰੂਰ ਵਿੱਚ SSP ਸਰਤਾਜ ਸਿੰਘ ਚਾਹਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਲੰਘਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ DSP ਸੰਗਰੂਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਪਬਲਿਕ ਦੀ ਸੁਰੱਖਿਆ ਅਤੇ ਸ਼ਾਂਤਮਈ ਮਾਹੌਲ ਵਿੱਚ ਚੋਣਾਂ ਨੇਪਰੇ ਚਾੜਨ ਲਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ITBP ਦੀ ਟੁਕੜੀ ਦੇ ਨਾਲ ਮਿਲ ਕੇ ਫਲੈਗ ਮਾਰਚ ਕੱਢਿਆ ਗਿਆ। ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਵੇਖ ਆਫ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਅਤੇ ITBP ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ, ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਸਾਰਾ ਹੈ ਉਹ ਅਸੀਂ ਕਵਰ ਕੀਤਾ। ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ITBP ਦੀ ਟੁਕੜੀ, ਉਹਦੇ ਨਾਲ ਅਸੀਂ ਸਬ ਡਿਵੀਜ਼ਨ ਵਾਈਜ਼ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਅਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਆਏ। ਬੀਤੇ ਦਿਨ ਦੇਰ ਰਾਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਦੇ ਨਾਲ ਫਤਿਹਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਅਤੇ ਮੌਕੇ 'ਤੇ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਦਾ ਅੰਮ੍ਰਿਤਸਰ ਵਿੱਚ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਹੈ। ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖਬਰ ਸੁਣਨ ਨਾਲ ਇਲਾਕੇ ਅਤੇ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਅਤੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜ਼ਿਕਰਯੋਗ ਹੈ ਕਿ ਦੋਵੇਂ ਭਰਾ ਫਤਿਹਗੜ੍ਹ ਚੂੜੀਆਂ ਵਿੱਚ ਫਾਸਟ ਫੂਡ ਦੀ ਦੁਕਾਨ ਕਰਦੇ ਸਨ ਅਤੇ ਰੋਜ਼ਾਨਾ ਫਤਿਹਗੜ੍ਹ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਆਉਂਦੇ ਸਨ, ਜਿਸ ਸਮੇਂ ਸੜਕ ਹਾਦਸਾ ਵਾਪਰ ਗਿਆ। ਪੁਲਿਸ ਚੌਂਕੀ ਘਣੀ ਕੇ ਬਾਂਗਰ ਵੱਲੋਂ ਨੌਜਵਾਨ ਆਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਕੋਟਲੀ ਸੂਰਤ ਮੱਲੀ ਦੇ ਸ਼ਮਸ਼ਾਨ ਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਧਰ ਪਰਿਵਾਰਕ ਮੈਂਬਰਾਂ ਨੇ SSP ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਰੀਕੀ ਨਾਲ ਛਾਣਬੀਣ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ। ਇਸ ਸੰਬੰਧੀ ਜਦੋਂ DSP ਫਤਿਹਗੜ੍ਹ ਸਾਹਿਬ ਖੁਸ਼ਬੀਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਕੰਮ ਹੀ ਫਤਿਹਗੜ੍ਹ ਚੱਲਦਾ ਜੇ, ਸਾਡੇ ਬੱਚੇ ਤਾਂ ਉੱਥੇ ਜਾਂਦੇ, ਘਰੋਂ ਪਰੰਗੇ ਭੁਲੇ ਜਾਂਦੇ, ਸਾਡੇ ਬੱਚੇ ਕੰਮ 'ਤੇ ਜਾਂਦੇ, ਕੰਮ ਤੋਂ ਆਉਣ ਡੇ, ਪਤਾ ਨਹੀਂ ਕਿ ਉਹਨਾਂ ਨਾਲ ਕੀ ਬਣਿਆ ਰਾਜ ਕੀ ਨਹੀਂ ਬਣਿਆ, ਸਾਨੂੰ ਨਹੀਂ ਪਤਾ ਇਹ ਗੱਲ ਦਾ। ਮੇਰੇ ਘਰ 'ਚ ਉਹ ਕਮਾਊ ਹੀ ਗਏ, ਮੇਰਾ ਆਦਮੀ ਵੀ ਨਹੀਂ ਹੈਗਾ, ਮੈਂ ਕਿ ਗਰੀਬ ਹਾਂ, ਬਹੁਤ ਜ਼ਿਆਦਾ ਗਰੀਬ ਹਾਂ ਅਸੀਂ, ਸਾਨੂੰ ਲੱਗਦਾ ਕੋਈ ਵਾਰਦਾਤ ਹੋਈ ਉਹਨਾਂ 'ਤੇ, ਵਾਰਦਾਤ ਕੀਤੀ ਕਿਸੇ ਨੇ ਉਹਨਾਂ 'ਤੇ ਕੋਈ। ਦੇਖੋ ਜੀ, ਪਿੰਡ ਕੋਟਲੀ ਸੂਰਤ ਮੱਲੀ ਤੋਂ ਦੋ ਬੱਚੇ ਜਿਹੜੇ ਸੀ ਉਹਨਾਂ ਦਾ ਇੱਕ ਬੜਾ ਹੀ ਦਰਦਨਾਕ ਹਾਦਸਾ ਹੋਇਆ, ਉਹਨਾਂ ਨਾਲ ਉਹਨਾਂ ਦੀ ਮੌਤ ਹੋਈ ਹੈ ਜੀ। ਇੱਕ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਅਤੇ ਇੱਕ ਦੀ ਮੌਤ ਕੱਲ੍ਹ ਰਾਤ ਨੂੰ ਹੋਈ ਹੈ ਜੀ। ਭਾਈ, ਅਸੀਂ ਉਸ ਸੰਬੰਧ ਦੇ ਵਿੱਚ DSP ਸਾਹਿਬ ਦੇ ਦਫ਼ਤਰ ਆਏ ਹਾਂ ਫਤਿਹਗੜ੍ਹ ਚੂੜੀਆਂ, ਇਹਨਾਂ ਨੂੰ ਬੇਨਤੀ ਕਰਨ ਆਏ ਹਾਂ ਕਿ ਭਾਈ ਪਰਿਵਾਰ ਦਾ ਬਹੁਤ ਮਾੜਾ ਹਾਲ ਆ, ਜਿਹੜਾ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ ਆ ਇਹ ਕਿਸੇ ਵੀ ਐਂਗਲ ਨੂੰ, ਐਕਸੀਡੈਂਟ ਵਾਲੇ ਐਂਗਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਜਸਟੀਫਾਈ ਕਰ ਸਕਣ ਡਿਆ। ਅਸੀਂ DSP ਸਾਹਿਬ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਭਾਈ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਜਿਹੜਾ ਆ ਉਹ ਖੰਗਾਲਿਆ ਜਾਵੇ ਅਤੇ ਉੱਚ ਪੱਧਰੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ। ਅਤੇ ਬਾਕੀ ਭਾਈ DSP ਸਾਹਿਬ ਨੇ ਇਸ ਚੀਜ਼ ਦਾ ਆਸ਼ਵਾਸਨ ਦਿੱਤਾ ਆ ਕਿ ਅਸੀਂ ਇਸ ਚੀਜ਼ ਨੂੰ ਇੱਕ ਫਾਸਟ ਫਾਰਵਰਡ ਦੇ ਉੱਤੇ ਖੜ ਕੇ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਸਾਰਾ ਕੁਛ ਮਾਮਲਾ ਜਿਹੜਾ ਆ ਉਹਨੂੰ
ਸਹੀ ਦਿਸ਼ਾ ਵੱਲ ਲੈ ਕੇ ਜਾਵਾਂਗੇ। ਦੀਪ ਤੇ ਦਲਜੀਤ ਸਿੰਘ ਟੋਪੜਾ ਸੀਗੇ ਥਾਣਾ ਕੋਟਲੀ ਸੂਰਤਮਲੀ ਤੇ, ਸਾਡਾ ਨਾਮ ਬਲਵਿੰਦਰ ਸਿੰਘ ਸੀਗੇ ਤੇ ਇਹ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜੇ ਅੱਡੇ ਤੇ ਜਿਹੜਾ ਨਿਊਰਲ ਬਰਡਸ ਦਾ ਕੰਮ ਕਰਦੇ ਸੀ ਉਹਨਾਂ ਦੀ ਆਪਣੀ ਸ਼ੋਪ ਸੀਗੀ। ਤੇ ਉਸ ਤੋਂ ਬਾਅਦ 20 ਤਰੀਕ ਨੂੰ ਸ਼ਾਮ ਕਰੀਬ 9:30 ਵਜੇ ਸ਼ੋਪ ਜਿਹੜੀ ਆਪਣੀ ਕਲੋਜ਼ ਕਰਕੇ ਤੇ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਤੇ ਜਿਹਦੇ ਦੌਰਾਨ ਉਹਨਾਂ ਦੇ ਪੈਟਰੋਲ ਪੰਪ ਦੇ ਨੇੜੇ ਜਿਹੜਾ ਹੈਗਾ ਵਾ ਫਤਿਹਗੜ੍ਹ ਚੂੜੀਆਂ ਉੱਥੇ ਜਿਹੜਾ ਤੋਂ ਕ੍ਰੋਸ ਕਰਦੇ ਹੋਏ ਘਣੀ ਇੱਕ ਵਾਂਗਰ ਨੂੰ ਨਿਕਲਦੇ ਕੋਟਲੀ ਸੂਰਤਮਲੀ ਨੂੰ ਤੇ ਉੱਥੇ ਜਿਹੜੇ ਪੈਟਰੋਲ ਪੰਪ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਆਕਾਸ਼ਦੀਪ ਦੀ ਔਨ ਦਾ ਸਪੋਟ ਮੌਤ ਹੋ ਜਾਂਦੀ ਹੈ ਤੇ ਜਿਹੜਾ ਦਲਜੀਤ ਸਿੰਘ ਹੈਗਾ ਉਹ ਜਿਹੜਾ ਹਸਪੀਟਲ ਦੇ ਵਿੱਚ ਨਿਰਮਾਣ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਸੀਗਾ। ਜਿਹੜਾ ਐਕਸੀਡੈਂਟ ਹੈ ਬੜਾ ਭਿਆਨਕ ਐਕਸੀਡੈਂਟ ਹੈਗਾ ਵਾ ਦੇਖੋ, ਤੇ ਸਾਡੀ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੀਆਂ 2 ਟਰੈਕਟਰ ਟਰਾਲੀਆਂ ਆਈਆਂ ਹੈਗੀਆਂ ਵਾ ਉਹਨਾਂ ਦੇ ਅਸੀਂ ਮੰਡੀਆਂ ਤੋਂ ਕਲੀਅਰ ਕਰ ਰਹੇ ਹਾਂ ਤੇ ਬਾਕੀ ਜਿਹੜੀ ਸਿਸਟਮ ਫੁਟੇਜ ਐਨਾਲਾਈਜ਼ ਪ੍ਰੋਪਰ ਤਰੀਕੇ ਨਾਲ ਚੈੱਕ ਕੀਤੀ ਜਾ ਰਹੀ ਹੈ ਕਿ ਅੱਗੇ ਪਿੱਛੇ ਹੋਰ ਕੋਈ ਵਹੀਕਲ ਜਿਹੜਾ ਉਸ ਟਾਈਮ ਦੇ ਵਿੱਚ ਆਉਣਾ ਨਹੀਂ ਪਾਇਆ ਗਿਆ ਤੇ ਪ੍ਰੋਪਰ ਤਰੀਕੇ ਦੀ ਚੈਕਿੰਗ ਦੇ ਨਾਲ ਜਿਹੜਾ ਹੈਗਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। SDM ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 12 ਦਿਨਾਂ ਤੋਂ ਲਗਾਇਆ ਹੋਇਆ ਮੋਰਚਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦਾ ਸੰਗਤਪੁਰਾ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਉੱਤੇ ਸਹਿਮਤੀ ਬਣੀ ਹੈ, ਜਿਸ ਤੋਂ ਬਾਅਦ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਸ਼ਹੀਦ ਦਾ ਨਾਮ ਜੀ ਕਰਮਜੀਤ ਸਿੰਘ ਸੰਗਤਪੁਰਾ ਜੀ, ਜਿੱਦਾਂ 11 ਤਰੀਕ ਨੂੰ ਸਾਰੇ ਪੰਜਾਬ 'ਚ ਸੈਲੋਆਂ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧਰਨੇ 'ਤੇ, ਉਦੇ ਸਨਾਮ ਸੈਲੋ ਮੂਹਰੇ ਸਾਡਾ ਸਾਰਾ ਜ਼ਿਲ੍ਹਾ ਤੀ ਸੰਗਰੂਰ, ਉਹਦੇ ਉੱਥੇ ਇਹਨੂੰ ਅਧਰੰਗ ਹੋ ਗਿਆ, ਅਟੈਕ ਹੋ ਗਿਆ ਅਤੇ ਉਦੋਂ ਬਾਅਦ ਅਸੀਂ ਸਨਾਮ ਹਸਪਤਾਲ 'ਚ ਲੈ ਗਏ ਪ੍ਰਾਈਵੇਟ 'ਚ। ਉਦੋਂ ਬਾਅਦ ਉਹਨਾਂ ਨੇ ਸੰਗਰੂਰ ਪ੍ਰਾਈਵੇਟ ਦਾ ਘੱਟਤਾ। ਇਹਨਾਂ ਦੀ ਮੌਤ ਅਧਰੰਗ ਨਾਲ ਹੋਈ ਹੈ ਜਾਂ ਕੁਛ? ਅਟੈਕ ਨਾਲ ਹੋਈ ਹੈ ਜੀ, ਅਟੈਕ ਹੋਈ। ਹਾਂ, ਅਟੈਕ ਹੋ ਗਿਆ। ਫਿਰ ਮੌਤ ਕਿੱਥੇ ਹੋਈ ਇਹਨਾਂ ਦੀ? ਮੌਤ ਇਹਨਾਂ ਦੀ ਪਟਿਆਲੇ ਹਸਪਤਾਲ 'ਚ ਜਾ ਕੇ ਹੋਈ ਜੀ, 11 ਤਰੀਕ ਨੂੰ ਤਕਰੀਬਨ 8 ਵਜੇ ਦੇ ਅਟੇ ਸਟੇ। ਜਥੇਬੰਦੀ ਨੇ ਇਸ ਦੀ ਮੌਤ ਨੂੰ ਲੈ ਕੇ ਧਰਨਾ ਵੀ ਲਾਇਆ ਸੀ? ਉਹ ਧਰਨਾ ਲਾਇਆ ਸੀ ਜੀ, ਉਹ ਜਾਣੀ ਕਿ ਉਹ ਜਿਹੜੀਆਂ ਮੰਗਾਂ ਤੀਆਂ ਇਹਦੇ 10 ਲੱਖ ਰੁਪਈਏ ਦੀ ਅਤੇ ਕਰਜ਼ਾ ਮਾਫੀ ਦੀ ਅਤੇ ਇਹਦੀ ਇੱਕ ਜਵਾਕ ਨੂੰ ਯੋਗਤਾ ਅਨੁਸਾਰ ਨੌਕਰੀ ਦੀ, ਉਹ ਸਰਕਾਰ ਨੇ ਮੰਗਾਂ ਮੰਨ ਲਈਆਂ। ਅਤੇ ਉਦੋਂ ਬਾਅਦ ਲਿਖਤੀ ਰੂਪ 'ਚ ਮੰਗੀਆਂ ਨੇ ਜਾਂ ਵੈਸੇ ਵਿਸ਼ਵਾਸ ਦਿਵਾਇਆ ਗਿਆ? ਨਾ ਜੀ, ਲਿਖਤੀ ਰੂਪ 'ਚ ਨੇ ਅਤੇ ਸੈਟਿਸਫਾਈ ਹੋ ਗਈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪਿਛਲੇ ਦਿਨੀਂ ਵਾਪਰੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਇਸ ਦੇ ਚੱਲਦੇ ਹੁਣ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਉੱਤੇ ਨਾਕੇਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਚੌਕਸੀ ਵਧਾਈ ਗਈ ਹੈ। ਸਾਨੂੰ CP ਸਾਹਿਬ ਵੱਲੋਂ ਹੋਈਆਂ ਵੀ ਸਖ਼ਤ ਜਿਹੜੀ ਹੈ ਸਖ਼ਤੀ ਨਾਲ ਲੋਕਾਂ ਨੂੰ ਚੈੱਕ ਕਰਨਾ, ਗੱਡੀਆਂ ਜਿਹੜੇ ਕੋਈ ਲੋਫਰ ਬੰਦੇ ਆ ਬੁਲਟ ਪਟਾਕੇ ਮਾਰਦੇ ਆ, ਚਾਹੇ ਕੋਈ ਹੋਰ ਨੰਬਰ ਪਲੇਟਾਂ ਨਹੀਂ ਹੈਗੀਆਂ, ਉਹਨਾਂ ਦੀ ਖਾਸ ਚੈਕਿੰਗ ਕਰੀ ਦੀ ਨਹੀਂ। ਗਲਤੀਆਂ ਜਿਹੜੇ ਰੈੱਡ ਲਾਈਟ ਟੱਪਦੇ, ਚਾਹੇ ਜਿਹਨਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ, ਜਿਹੜੇ ਕੋਈ ਲੋਫਰ ਟੈਪ ਆ ਮੁੰਡੇ ਜਿਹੜੇ ਫਿਰਦੇ ਆ ਘੁੰਮਦੇ, 3-3 ਜਿਹੜੇ ਆ ਉਹਨਾਂ ਦੇ ਚਲਾਨ ਕਰੀ ਦੇ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।